ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਸਿੱਧਾਂ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੋਏ ਬਚਨਾਂ ਬਾਰੇ ਦੱਸਾਂਗੇ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਯੋਗ ਵਾਰਸ ਜਾਣ ਕੇ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਉਹਨਾਂ ਦਾ ਨਾਂ ਗੁਰੂ ਅੰਗਦ ਦੇਵ ਜੀ ਰੱਖਿਆ। ਜਦੋਂ ਸਿੱਧਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੋਰਖਨਾਥ ਅਤੇ ਹੋਰ ਸਿੱਧਾਂ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠਣ ਵਾਲੇ ਦੀ ਪਰਖ ਕੀਤੀ ਜਾਵੇ, ਚੱਲ ਕੇ ਉਹਨਾਂ ਦੀ ਅਵਸਥਾ ਵੇਖੀਏ। ਸਿੱਧ ਭਗਤੀ ਦੇ ਹਰੇਕ ਮਾਰਗ ਨੂੰ ਯੋਗ ਨਾਲੋਂ ਹੇਠਾਂ ਸਮਝਦੇ ਸਨ, ਇਸ ਕਰਕੇ ਉਹ ਸਿੱਖ ਗੁਰੂਆਂ ਨਾਲ ਮੁੱਢ ਤੋਂ ਹੀ ਈਰਖਾ ਕਰਦੇ ਸਨ। ਗੁਰੂ ਨਾਨਕ ਸਾਹਿਬ ਨਾਲ ਵੀ ਉਹਨਾਂ ਨੇ ਭਗਤੀ ਦੇ ਗ੍ਰਹਿਸਥੀ ਮਾਰਗ ਨੂੰ ਲੈ ਕੇ ਬਹਿਸ ਕੀਤੀ। ਉਹਨਾਂ ਦੇ ਠੋਕਵੇਂ ਅਤੇ ਢੁੱਕਵੇਂ ਉੱਤਰ ਸੁਣ ਕੇ ਚੁੱਪ ਤਾਂ ਕਰ ਗਏ, ਪਰ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੇ ਗੁਰਗੱਦੀ ਸੰਭਾਲੀ ਤਾਂ ਫਿਰ ਉਹਨਾਂ ਦੇ ਮਨ ਵਿੱਚ ਉਹੀ ਇੱਛਾ ਜਾਗੀ ਕਿ ਉਹਨਾਂ ਨੂੰ ਵੀ ਪਰਖਿਆ ਜਾਵੇ। ਪਹੁੰਚ ਗਏ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ। ਗੁਰੂ ਸਾਹਿਬ ਵੀ ਅੰਤਰਜਾਮੀ ਸਨ, ਜਾਣ ਗਏ ਸਿੱਧਾਂ ਦੀ ਮਨਸਾ। ਉਹਨਾਂ ਨੇ ਸਾਰਿਆਂ ਨੂੰ ਆਦਬ ਸਤਿਕਾਰ ਨਾਲ ਬਿਠਾਇਆ। ਗੁਰੂ ਸਾਹਿਬ ਨੂੰ ਆਖਣ ਲੱਗੇ ਕਿ ਯੋਗ ਦੇ 8 ਅੰਗ ਹੁੰਦੇ ਹਨ, ਯੋਗ ਤੋਂ ਬਿਨਾਂ ਆਤਮਾ ਨਿਰਮਲ ਨਹੀਂ ਹੁੰਦੀ। ਹੁਣ ਤੱਕ ਸਾਰੇ ਤਪੱਸਵੀ ਯੋਗ ਨਾਲ ਹੀ ਉੱਚੀਆਂ ਪਦਵੀਆਂ 'ਤੇ ਪਹੁੰਚੇ ਹਨ। ਤੁਹਾਡਾ ਕਲਯੁੱਗ ਵਿੱਚ ਅਵਤਾਰ ਹੋਇਆ ਹੈ, ਪਰ ਤੁਹਾਡੇ ਪੰਥ ਵਿੱਚ ਯੋਗ ਨਹੀਂ ਹੈ, ਤਾਂ ਸਿੱਖਾਂ ਦਾ ਉਧਾਰ ਕਿਵੇਂ ਕਰੋਗੇ? ਕਿਉਂਕਿ ਯੋਗ ਤੋਂ ਬਿਨਾਂ ਰਿੱਧੀਆਂ ਸਿੱਧੀਆਂ ਅਤੇ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਪਰ ਤੁਸੀਂ ਯੋਗ ਦਾ ਉਪਦੇਸ਼ ਨਹੀਂ ਦਿੰਦੇ। ਗੁਰੂ ਅੰਗਦ ਸਾਹਿਬ ਨੇ ਧੀਰਜ ਨਾਲ ਸਿੱਧਾਂ ਨੂੰ ਕਿਹਾ ਕਿ ਗੋਰਖਨਾਥ ਜੀ, ਹੁਣ ਯੋਗ ਦਾ ਸਮਾਂ ਨਹੀਂ, ਭਗਤੀ ਯੋਗ ਦਾ ਸਮਾਂ ਹੈ। ਸਾਡਾ ਸਿਧਾਂਤ ਹੱਠ ਯੋਗ ਦਾ ਨਹੀਂ, ਭਗਤੀ ਯੋਗ ਦਾ ਹੈ। ਸਾਰੀਆਂ ਰਿੱਧੀਆਂ ਸਿੱਧੀਆਂ ਉਹਨਾਂ ਦੇ ਅੱਗੇ ਪਿੱਛੇ ਤੁਰਦੀਆਂ ਫਿਰਦੀਆਂ ਹਨ ਜੋ ਪ੍ਰਭੂ ਦੀ ਭਗਤੀ ਕਰਦੇ ਹਨ। ਯੋਗ ਵੀ ਨਾਮ ਦੇ ਆਸਰੇ 'ਤੇ ਹੈ ਅਤੇ ਸਾਡਾ ਆਸਰਾ ਨਾਮ ਹੈ। ਸਰੀਰ ਨੂੰ ਸਾਧਣ ਵਾਸਤੇ ਤੁਸੀਂ ਯੋਗ ਕਮਾਉਂਦੇ ਹੋ ਅਤੇ ਬਾਅਦ ਵਿੱਚ ਨਾਮ ਨੂੰ ਧਿਆਉਂਦੇ ਹੋ, ਤਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਤੁਸੀਂ ਇਹਨਾਂ ਵਿੱਚ ਹੀ ਪਰਚ ਜਾਂਦੇ ਹੋ, ਪਰ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਆਪਣੀ ਉਮਰ ਵਧਾ ਕੇ ਲੋਕਾਂ ਨੂੰ ਦਿਖਾਵਾ ਕਰਦੇ ਹੋ, ਲੋਕਾਂ ਵਿੱਚ ਆਪਣੀ ਜੈ ਜੈਕਾਰ ਕਰਾਉਣ ਦੀ ਤੁਹਾਨੂੰ ਚਾਹਨਾ ਰਹਿੰਦੀ ਹੈ। ਤੁਸੀਂ ਇਹਨਾਂ ਵਸਤਾਂ ਦੇ ਚੱਕਰਾਂ ਵਿੱਚ ਅਤੇ ਫੋਕੀ ਵਾਹ ਵਾਹ ਖੱਟਣ ਦੇ ਚੱਕਰ ਵਿੱਚ ਅਸਲ ਯੁਕਤ ਤੋਂ ਖਾਲੀ ਹੀ ਰਹਿ ਜਾਂਦੇ ਹੋ, ਇਸ ਕਰਕੇ ਆਤਮ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਯੋਗ ਸਾਨੂੰ ਦੱਸਿਆ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਉਹ ਹੈ ਏਕੰਕਾਰ, ਕੋ ਹੀ ਸਾਰੇ ਪਾਸੇ ਪਸਰਿਆ ਹੋਇਆ ਹੈ। ਉਹ ਪਹਿਲਾਂ ਵੀ ਸੱਤ ਸੀ, ਹੁਣ ਵੀ ਸੱਤ ਹੈ ਅਤੇ ਅੱਗੇ ਨੂੰ ਵੀ ਸਦਾ ਲਈ ਸੱਤ ਰਹੇਗਾ। ਸਰੀਰ 'ਤੇ ਪਾਈ ਝੋਲੀ ਯੋਗ ਨਹੀਂ ਹੈ, ਨਾ ਡੰਡਾ ਫੜਨਾ ਯੋਗ ਹੈ, ਨਾ ਪਿੰਡੇ 'ਤੇ ਸਵਾਹ ਮਲ ਕੇ ਕੰਨ ਪੜਵਾ ਕੇ ਮੁੰਦਰਾਂ ਪਾ ਕੇ ਯੋਗ ਆਉਂਦਾ ਹੈ, ਨਾ ਸਿਰ ਮਨਾਉਣ ਨਾਲ ਯੋਗ ਪ੍ਰਾਪਤ ਹੁੰਦਾ ਹੈ,
ਨਾ ਹੀ ਸਿੰਗੀ ਵਜਾ ਕੇ ਯੋਗ ਆਉਂਦਾ ਹੈ। ਯੋਗ ਦੀ ਤਾਂ ਇੱਕੋ ਯੁਗਤੀ ਹੈ ਕਿ ਮਾਇਆ ਤੋਂ ਨਿਰਲੇਪ ਹੋ ਕੇ ਇੱਕ ਦ੍ਰਿਸ਼ਟੀ ਬਣਾ ਕੇ ਪ੍ਰਭੂ ਦਾ ਨਾਂ ਜਪੋ, ਉਹੀ ਯੋਗ ਹੈ। ਹੋਰ ਗੱਲਾਂ ਨਾਲ ਯੋਗ ਨਹੀਂ ਆਉਂਦਾ। ਯੋਗ ਦਾ ਭਾਵ ਹੈ ਜੁੜਨਾ। ਮੜੀਆਂ ਮਸਾਣਾਂ ਵਿੱਚ ਬੈਠਣ ਨਾਲ ਯੋਗ ਨਹੀਂ ਹੁੰਦਾ। ਸਾਰੀ ਦੁਨੀਆ ਵਿੱਚ ਘੁੰਮਣ ਨਾਲ ਅਤੇ ਤੀਰਥਾਂ 'ਤੇ ਘੁੰਮਣ ਇਸ਼ਨਾਨ ਕਰਨ ਨਾਲ ਵੀ ਯੋਗ ਨਹੀਂ ਮਿਲਦਾ। ਯੋਗ ਹੈ ਮਾਇਆ ਅਤੇ ਗ੍ਰਹਿਸਥ ਦੇ ਵਿੱਚ ਰਹਿ ਕੇ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿਣਾ। ਮਨ ਦੀ ਭਟਕਣ ਨੂੰ ਗੁਰੂ ਦਾ ਸ਼ਬਦ ਇਕਾਗਰ ਕਰ ਦਿੰਦਾ ਹੈ ਅਤੇ ਇਕਾਗਰ ਮਨ ਯੋਗੀ ਹੈ ਅਤੇ ਖਿੰਡਿਆ ਹੋਇਆ ਮਨ ਭੋਗੀ ਹੈ। ਜਿਉਂਦੇ ਹੀ ਮਰ ਜਾਈਏ ਭਾਵ ਮਰੇ ਹੋਏ ਦੀ ਕੋਈ ਇੱਛਾ ਵਾਸ਼ਨਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਜਿਉਂਦਾ ਹੀ ਇੱਛਾ ਵਾਸ਼ਨਾ ਰਹਿਤ ਹੋ ਜਾਵੇ, ਸਾਰੀਆਂ ਚੀਜ਼ਾਂ ਦੇ ਵਿੱਚ ਰਹਿੰਦੇ ਹੋਏ, ਦੁਨੀਆ ਵਿੱਚ ਵਿਚਰਦੇ ਹੋਏ, ਮਨ ਦੀ ਭਟਕਣਾ, ਮਨ ਦੀਆਂ ਬੇਹੱਦ ਖਾਹਿਸ਼ਾਂ ਅਤੇ ਮਨ ਦੀਆਂ ਉਡਾਰੀਆਂ ਨੂੰ ਕਾਬੂ ਕਰ ਲਿਆ ਜਾਵੇ, ਇਹ ਹੀ ਸਹਿਜ ਯੋਗ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਅਤੇ ਅਸੀਂ ਇਸੇ ਯੋਗ ਨੂੰ ਧਾਰਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ ਕਿ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੂੰ ਹੋਰ ਕਿਸੇ ਦੇ ਉਪਦੇਸ਼ ਦੀ ਲੋੜ ਨਹੀਂ। ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣ ਕੇ ਸਿੱਧ ਬਹੁਤ ਖੁਸ਼ ਹੋਏ ਅਤੇ ਕਿਹਾ ਕਿ ਤੁਹਾਡੇ ਅਤੇ ਗੁਰੂ ਨਾਨਕ ਸਾਹਿਬ ਵਿੱਚ ਬਿਲਕੁਲ ਰੱਤਾ ਵੀ ਫਰਕ ਨਹੀਂ। ਉਹਨਾਂ ਦੀ ਸੰਤੁਸ਼ਟੀ ਹੋ ਗਈ ਅਤੇ ਆਦੇਸ਼ ਕਰਦੇ ਸਿੱਧ ਚਲੇ ਗਏ। ਇਹ ਸੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੱਲਬਾਤ ਦੀ ਦਾਸਤਾਨ। ਅੱਗੇ ਤੁਹਾਨੂੰ ਗੁਰੂ ਸਾਹਿਬ ਦੀਆਂ ਹੋਰ ਸਾਖੀਆਂ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।